चुप कराउन डी ही चुप को तो कराउन ही हो तो मैं चरा के इतने पिया से लम्मा पिया ही तो कि बोलन भी नहीं दिया ही तो मैं उन्होंने पूछा तो कहना मैंने चाची ने कुटिया मैं मेरा मुंडा वादू आया वा ना मैं कभी समरीत कुटिया कभी ऐसा जिदा तू कुछ कैंची लैन गई है अगो होर पंगा पा के बैठे न्याणे दस फिर की हो गया है जे न्याणे नूं पटोकियां मार ही दित्तियां ते इन्ना गुस्सा कर लैणा हुंदा वा दस मेरा कोई हक ही नहीं है भी मैं उसनूं किते कुछ कह भी लैणा हुंदा वा न्याणे ते किते को कहण नहीं दा अजकल है ही नहीं जमाना ही नहीं हैगा ते सारा मूड ऑफ करके रखता ठीक ठाक परेशान नहीं बस ऐसा मैं गई ही उधर दीदी वाल कैंची लैन मैं चल कट गई हाँ कुछ तो सवेरे लड़ाई हो गई न्याणे दी समरीत की तो वह तो मार मैं गई मैं कैंची दो तो दीदी ने तो एडा मूह बनाया कि हूँ की बंदा दसे कि दस वह कहते कि जाके उदे ने कहा कि मैंने तो चाची ने कुटे ही बड़ा मैं तो दस मैं तो दो पटोकियां लाइया हौली हौली चल समरीत चुप कर जूगी रोन ही बड़ा डेही है तो वह तो एवं ही कि निकी जी गल एडा बना के बैठे तो मैनू फिर बड़ा गुस्सा आया कहते तू मेरे मुंडे को कुटिया वा तो मैं भी दस इतने फिर की हो गया है जे मैं दो पटोकियां मारतियां चल बड़ा है वो तो फिर की है पर नहीं वह कहते तेन तो हक ही नहीं है मासा भी कि मुंडे कुटन का तो हक नहीं है देंदे तेन चल कोई नी फिर की मैं आई हाँ चल अपना हम तू वो कल तू गई ही ना ते मैं टकरी नहीं तेन शामी मैं गई ही मैं चल मेरे मुल के आनी चाची ना ते चल घड़ी बत्ती गल्ला पता करके आने सरबजीत कहंदी भी मम्मी जी आए ही गए चलो अपना मन परेशान हो जाता बस ठीक है चलो बैठो मैं चाह बना के लिया मम्मी हाँ चलो अपन गुलाम पाना जो
मनप्रीत वाल गई मनप्रीत बड़ी परेशान ही मैं की गल हो दीदी ने बड़िया गल मेरे दीदी लड़ पी मेरे करके मेनू भी गुस्सा ही आ गया चाची अज तो नहीं आए माड़ा जा कह देंगे तो मैं उधर चलनी हां तुम्हारे वाले आहो मेरे वाले जाएंगे आहो एवे मैं दसन ही दया ही तेरी गल दस दी मेरी गल ही दसन दे आहो तो उदन आप लड़िया तो मेरे कह देंगे तो मनप्रीत ने मैं सारिया गल दसिया तू की दसन पी मैं
ਐਵੇਂ ਮੇਰਾ ਤੇ ਮਨ ਨਹੀਂ ਦੁਖੀ ਮੈਨੂੰ ਤੇ ਆਪ ਹੀ ਪੁੱਛਣ ਦੇ ਹੀ ਮਨ ਵੀ ਤੂੰ ਤੇ ਦੁਖੀ ਬੜੀ ਲੱਗਣ ਦੀ ਦੁਖੀ ਬੜੀ ਲੱਗਣ ਦੀ ਤੇ ਮੈਂ ਫਿਰ ਇੰਨਾ ਕੁ ਮਾੜਾ ਜਿਹਾ ਹੀ ਕਿਹਾ ਮੈਂ ਕਿਹਾ ਵੀ ਕੁਛ ਨਹੀਂ ਐਵੇਂ ਹੀ ਨਿਆਣਿਆਂ ਤੋਂ ਲੜਾਈ ਹੋ ਗਈ ਤੁਹਾਨੂੰ ਕੀ ਕਹਿੰਦੇ ਮੈਨੂੰ ਕਹਿੰਦੇ ਉਹ ਲੜੀ ਬੜਾ ਉਹਨੇ ਮੂੰਹ ਬੜਾ ਫੈਲਾਇਆ ਉਦਣ ਬਸ ਪਰ ਮੈਂ ਤੈਨੂੰ ਇਹੀ ਕਹਿ ਰਹੀ ਪਹਿਲਾਂ ਤਾਂ ਮੈਨੂੰ ਗੁੱਸਾ ਆਇਆ ਵੀ ਹੈ ਮਨਪ੍ਰੀਤ ਨੇ ਚਾਚੀ ਨਾਲ ਗੱਲ ਕਿਉਂ ਕੀਤੀ ਤੇ ਫਿਰ ਮੈਂ ਫਿਰ ਮਨ 'ਚ ਮੈਂ ਗੁੱਸਾ ਮਾਰ ਕੇ ਤੇ ਫਿਰ ਮੈਂ ਆ ਗਈ ਮੈਂ ਉਦਣ ਵੀ ਮੈਂ ਗੁੱਸਾ ਕਰ ਲਿਆ ਤੇ ਗੱਲ ਫਿਰ ਕਿੰਨੀ ਵੱਧ ਗਈ ਕਿ ਐਵੇਂ ਹੀ ਕਿੰਨਾ ਚਿਰ ਦੋ ਆਪਾਂ ਬੋਲਣਾ ਨਹੀਂ ਤੇ ਹੁਣ ਜੇ ਫਿਰ ਬੋਲਣ ਲੱਗੀਆਂ ਤਾਂ ਫਿਰ ਹੁਣ ਮੈਨੂੰ ਗੱਲ ਚੇਤੇ ਕਰਵਾ ਦੇ ਵੀ ਮਨਪ੍ਰੀਤ ਨੇ ਇੱਦਾਂ ਕਿਹਾ ਸੀਗਾ ਤੇ ਹਾਂ ਤੇ ਤੈਨੂੰ ਇੱਦਾਂ ਨਹੀਂ ਚਾਹੀਦੀ ਮੈਂ ਤਾਂ ਚਾਚੀ ਨੂੰ ਆਪਣੀ ਨੂੰਹਾਂ ਨਾਲ ਜੇ ਉਹ ਮੈਨੂੰ ਦੱਸ ਸਕਦੇ ਆ ਤੇ ਆਪਣੀਆਂ ਨੂੰਹਾਂ ਨੂੰ ਤਾਂ ਦੱਸੀ ਹੋਊਗੀ ਨਾ ਉਹਨਾਂ ਨੇ ਗੱਲ ਉਹ ਇਹ ਤੇ ਗੱਲ ਹੈਗੀ ਆ ਹੁਣ ਕੀ ਪਤਾ ਕਿੱਥੇ ਕਿੱਥੇ ਗਏ ਤੇ ਕਿੱਥੇ ਕਿੱਥੇ ਕੀਤੀ ਉਦੋਂ ਮੈਨੂੰ ਗੁੱਸਾ ਹੀ ਬੜਾ ਤੇ ਮੈਂ ਤੇ ਗੁੱਸੇ ਦੇ ਵਿੱਚ ਹੀ ਕਰ ਬੈਠੀ ਵੀ ਮੇਰਾ ਵੀ ਮੈਨੂੰ ਵੀ ਹੈਗਾ ਵੀ ਚੱਲ ਕੋਈ ਮੇਰੀ ਵੀ ਸੁਣਨ ਵਾਲਾ ਹੋਵੇ ਵੀ ਮੈਂ ਤੇ ਇੰਨਾ ਕੁਛ ਕਿਹਾ ਵੀ ਨਹੀਂ ਐਵੇਂ ਨਿਆਣਿਆਂ ਤੋਂ ਆਪਾਂ ਕਾਹਦੇ ਤੋਂ ਲੜ ਬੈਠੀ ਹਾਂ ਨਹੀਂ ਇੱਦਾਂ ਨਹੀਂ ਗੱਲ ਕਰੀ ਦੀ ਹੁੰਦੀ ਵੀ ਦੂਜਾ ਆਪਾਂ ਤੇ ਫਿਰ ਲੜੀਆਂ ਤੇ ਫਿਰ ਆਪਾਂ ਬੋਲਣ ਲੱਗ ਪਈਆਂ ਜੇ ਹੁਣ ਉਹ ਅੱਜ ਮੈਨੂੰ ਕਹਿ ਕੇ ਕਿਹਾ ਤੇ ਮੈਂ ਫਿਰ ਤੇਰੇ ਨਾਲ ਲੜਨ ਲੱਗ ਪਈ ਨਹੀਂ ਚਲੋ ਉਦਣ ਤਾਂ ਮੈਨੂੰ ਗੁੱਸਾ ਆ ਗਿਆ ਮੈਂ ਤੇਰੇ ਨਾਲ ਲੜ ਪਈ ਤੇ ਜੇ ਫਿਰ ਮੈਂ ਅੱਜ ਲੜਨ ਲੱਗ ਪਈ ਤੇ ਗੱਲ ਕਿੱਥੇ ਦੀ ਕਿੱਥੇ ਫਿਰ ਪਹੁੰਚ ਜਾਂਦੀ ਆਪਾਂ ਫਿਰ ਨਹੀਂ ਹੱਪਾ ਦੱਸ ਦੇ ਬੋਲਣਾ ਕੋਈ ਨੀ ਆਪਣਾ ਬੰਦਾ ਜਿਹੜੀਆਂ ਆਪਣੇ ਘਰ ਦੀ ਗੱਲ ਜਦੋਂ ਤੀਜੇ ਬੰਦੇ ਨੂੰ ਦੱਸੀ ਨਾ ਵੱਡੀਆਂ ਵੱਡੀਆਂ ਟੁੱਟਾਂ ਦਾ ਕਾਰਨ ਬਣ ਜਾਂਦਾ ਜੇ ਮੈਂ ਵੀ ਅੱਜ ਮੈਨੂੰ ਵੀ ਗੁੱਸਾ ਆਉਣਾ ਸੀਗਾ ਤੇ ਆਇਆ ਵੀ ਆ ਪਰ ਫਿਰ ਮੈਂ ਨਹੀਂ ਮੈਂ ਕਿਹਾ ਨਹੀਂ ਮਤਲਬ ਗੁੱਸਾ ਨਹੀਂ ਕਰਨਾ ਹੈਗਾ ਉੱਧਰ ਮੈਂ ਗੁੱਸਾ ਕਰਕੇ ਤੇ ਬੜੀ ਵੱਡੀ ਗਲਤੀ ਕੀਤੀ ਤੇ ਚਲੋ ਜਿੱਥੇ ਦੋ ਭਾਂਡੇ ਆ ਉਹ ਖੜਕਦੀ ਤੇ ਹੈਗੀ ਆ ਅੱਗੇ ਤੋਂ ਨਾ ਏਦਾਂ ਗੱਲ ਕਿਸੇ ਨਾਲ ਨਹੀਂ ਮੈਂ ਤੇ ਮੈਨੂੰ ਤੇ ਆ ਗਈ ਹੈ ਸਮਝ ਕਿ ਹੁਣ ਨਹੀਂ ਮੈਂ ਅਗਾਂਹ ਤੋਂ ਕਰਦੀ ਗੱਲ ਹੁਣ ਮੈਨੂੰ ਤੇ ਆ ਪਛਤਾਵਾ ਹੋਣ ਡਿਆ ਕਿੱਦਾਂ ਕਿੱਥੇ ਕਿੱਥੇ ਕੀਤੀ ਹੋਣੀ ਆ ਗੱਲ ਹੁਣ ਆਹੋ ਤੇ ਹੁਣ ਨੀ ਆਪਾਂ ਦੇਖੋ ਤੁਸੀਂ ਤੇ ਕਿੰਨੇ ਕੰਮ ਆਉਣਾ ਵਾ ਕੋਈ ਦੂਜਾ ਤੀਜਾ ਬੰਦਾ ਸਾਡੇ ਕੰਮ ਆਉਂਦਾ ਮੰਨ ਲਓ ਤੂੰ ਕਿਤੇ ਜਾਂਦੀ ਆ ਤੇ ਮੈਂ ਤੇਰੇ ਘਰ ਦਾ ਕਰ ਦਿੰਦੀ ਆ ਜੇ ਮੈਂ ਕਿਤੇ ਜਾਂਦੀ ਆ ਤੇ ਤੂੰ ਕਰ ਦਿੰਦੀ ਆ ਪਰ ਕਿ ਫਿਕਰ ਤੇ ਨੀ ਹੁੰਦਾ ਸਾਡਾ ਘਰ ਦਾ ਪਿੱਛੋਂ ਵਿਗੜਨ ਦਿਆ ਤੇ ਕੋਈ ਤੀਜਾ ਸਾਡਾ ਬਣਦਾ ਨਾ ਤੀਜੇ ਨੂੰ ਤਾਂ ਬਣਨਾ ਤੇ ਸਮਝਦਾਰੀ ਇਹਦੇ ਵਿੱਚ ਹੀ ਆ ਕਿ ਜਦੋਂ ਵੀ ਕਿਤੇ ਲੜਾਈ ਝਗੜਾ ਹੁੰਦਾ ਕਿਹੜਾ ਘਰ ਆ ਜਿੱਥੇ ਲੜਾਈ ਝਗੜਾ ਨਹੀਂ ਹੁੰਦਾ ਤੇ ਸਮਝਦਾਰੀ ਇਸੇ ਵਿੱਚ ਹੀ ਆ ਵੀ ਉਹ ਗੱਲ ਜਿਹੜੀ ਉਹ ਤੀਸਰੇ ਬੰਦੇ ਨੂੰ ਨਾ ਦੱਸੀ ਜਾਵੇ ਹਨਾ ਅੱਗੇ ਤੋਂ ਨਾ ਨਹੀਂ ਕਰਿਆ ਹਾਂ ਨਹੀਂ ਹੁਣ ਮੈਂ ਨਹੀਂ ਅੱਗੇ ਤੋਂ ਕਰਦੀ ਏਦਾਂ ਚਲੋ ਚੰਗਾ ਹੋਇਆ ਤੇ ਮੈਨੂੰ ਸਮਝਾ ਤਾ ਆਪਣੀਆਂ ਭੈਣਾਂ ਵਾਂਗੂ ਤੇ ਨਹੀਂ ਤੇ ਐਵੇਂ ਹੀ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਾ ਐਵੇਂ ਝੁੱਕ ਕੇ ਦੱਸਣ ਲੱਗ ਜਾਈਦਾ ਆਪਾਂ ਕਿਸੇ ਨੂੰ ਨਾ ਕਿਸੇ ਨੂੰ ਤੇ ਫਿਰ ਐਵੇਂ ਫਰਕ ਪੈਂਦਾ ਪੈ ਹੀ ਜਾਂਦਾ ਵਾ ਤੇ ਚੰਗਾ ਤੁਸੀਂ ਮੇਰੇ ਅੱਗੇ ਤੋਂ ਵੀ ਏਦਾਂ ਸਮਝਾਉਂਦੇ ਰਹੋ ਫਿਰ ਜੇ ਭੈਣਾਂ ਭੈਣਾਂ ਬਣ ਕੇ ਰਹੀਏ ਤੇ ਫਿਰ ਦਰਾਣੀ ਜਠਾਣੀ ਨੂੰ ਹੋਰ ਕਿਸੇ ਕੋਲ ਜਾਣ ਦੀ ਲੋੜ ਹੀ ਨਹੀਂ ਪੈਂਦੀ ਹਾਂ ਨਾਲੇ ਭੈਣਾਂ ਭੈਣਾਂ ਕਿਹੜਾ ਨਹੀਂ ਲੜਦੀ ਆਪਸੀ ਸਮਝ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਸੁਨੇਹਾ ਦੇਣਾ ਵਾ ਕਿ ਸਾਨੂੰ ਜਿਹੜੀ ਹੈਗੀ ਆਪਣੇ ਘਰਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਆਪਸੀ ਸਮਝ ਜਿਹੜੀ ਉਹ ਰੱਖਣੀ ਚਾਹੀਦੀ ਹੈ ਸਾਨੂੰ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਵਾ ਉਹ ਤੀਜੇ ਬੰਦੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਕਿਉਂਕਿ ਜਦੋਂ ਅਸੀਂ ਆਪਣੀਆਂ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਵਾ ਤੀਜੇ ਬੰਦਿਆਂ ਨੂੰ ਦੱਸਦੇ ਹਾਂ ਤਾਂ ਉਹ ਵੱਡੀਆਂ ਵੱਡੀਆਂ ਲੜਾਈਆਂ ਦਾ ਜਿਹੜਾ ਉਹ ਕਾਰਨ ਬਣ ਜਾਂਦੇ ਆ ਅਤੇ ਜ਼ਿਆਦਾਤਰ ਵੱਡੀਆਂ ਵੱਡੀਆਂ ਲੜਾਈਆਂ ਦਾ ਕਾਰਨ ਜਿਹੜਾ ਵਾ ਉਹ ਆਪਸੀ ਸਮਝ ਦੀ ਘਾਟ ਹੀ ਹੁੰਦੀ ਹੈ ਇਸ ਕਰਕੇ ਜੇਕਰ ਅਸੀਂ ਆਪਣੇ ਘਰ ਦੀ ਗੱਲ ਤੀਸਰੇ ਬੰਦੇ ਨੂੰ ਨਾ ਦੱਸੀਏ ਤਾਂ ਇਹ ਲੜਾਈਆਂ ਜਿਹੜੀਆਂ ਵਾ ਘਰਾਂ ਦੀਆਂ ਉਹ ਖਤਮ ਹੋ ਸਕਦੀਆਂ ਜਾਂ ਘੱਟ ਸਕਦੀਆਂ ਹਨ ਪੰਜਾਬੀ ਲਾਈਫ ਚੈਨਲ ਨੂੰ ਵੇਖਣ ਵਾਲਿਆਂ ਨੂੰ ਇਹੀ ਬੇਨਤੀ ਹੈ ਸਾਡੀ ਜੇ ਸਾਡੀਆਂ ਵੀਡੀਓ ਤੁਹਾਨੂੰ ਥੋੜ੍ਹੀਆਂ ਜਿਹੀਆਂ ਵੀ ਵਧੀਆ ਲੱਗਦੀਆਂ ਆ ਅਤੇ ਸਾਡੀ ਜਿਹੜੀ ਆ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਕਮੈਂਟ ਵੀ ਕਰਿਓ ਹਾਂ ਧੰਨਵਾਦ ਧੰਨਵਾਦ